दोस्तों, पिछली वीडियो में हमने आपको दिखाया था कि गुड़ कैसे बनता है। आज की इस वीडियो में हम आपको सेंट्रल पंजाब की जो एक सौगात है गाजर आप सब दोस्तों ने खाई होगी, चाहे आप पाकिस्तान के किसी भी कोने में रहते हैं, चाहे आप दुनिया में कहाँ भी रहते हैं। तो गाजर का प्रोसेस क्या होता है, कैसे ये आप तक पहुँचती है, ये आज की इस वीडियो में बताऊँगा मैं आपको और दिखाऊँगा। मेरे साथ नदीम भट्टी साहब मौजूद होंगे और आज की स्टूडियो में प्रॉपर आपको दिखाया जाएगा कि गाजरें जो है, ये मेरे पीछे देख सकते हैं पूरा का पूरा खेत जो है ये गाजरों का, और ये खेत भी जो है इसमें भी गाजरें ही थी। वो आप देख सकते हैं मेरी बैक साइड पर कि जो है प्रोसेस हो चुका है कुछ गाजरों का, इनकी सफाई हो रही है, फिर इनको प्रॉपर वॉश किया जाता है, धोया जाता है। ये सब की सब चीज़ें कैसे होती हैं तो चलें दिखाते हैं। भट्टी साहब हमारे साथ होंगे, भट्टी साहब हमें आपने दिखाना और बताना है लोगों को कि भाई ये कैसे होता है सारा काम। अच्छा जी, मैंने आपको पहले बताया, भट्टी साहब आपको गाइड करेंगे। ये गफार भाई हैं, ये सारी जो गाजरें वगैरह हैं इन्हीं की हैं, और ये हमें थोड़ा सा डिटेल से गाइड करेंगे क्योंकि इनका डेली का काम है और ये हर साल करते आ रहे हैं। गफार भाई कितने साल हो गए आपको ये काम करते? हमें 20 साल हो गए काम करते। चले जी, गफार भाई से पूछते हैं, नदीम भाई पूछेंगे। गफार भाई ये दसो कि किस तरह ये सारा प्रोसेस होता है, गाजरां किदां बाहर कढ़ियां जांदियां खेत दे विचों, थोड़ा जिहा सानू गाइड करो। ये जी यार ट्रैक्टर खड़ा वा, ट्रैक्टर की मदद ना उहदे पिछे तुसीं ब्लेड देख रहे हैं, ये पहलों चलाई दा वा जी। यह ब्लेड की मदद ना असीं गाजर जिहड़ी है पहलों ट्रैक्टर चला देईदा वा। अच्छा, ते फिर असीं बाद चो आ लेबर आ साडी, ते जिहड़े आ लड़के आ मजदूर इन्हां दे ओह गाजरां बाहर कढ के रखी जाणियां होंदियां, पिछे साडियां बीबियां वा औरतां लेबर जिहड़ी आ इन्हां ने छांटी करनी होंदी आ। चलो असीं गफार साहब सानू ना हुण गाजरां कढ के तरीका दसो भी किदां कढदे हो तुसीं, थोड़ा जिहा चला के विखाओ सानू। चलो जी आ जी, असीं तां चला के दिखाउंदे आ। छोटी गाजर को डैमेज गाजर लादा ओनू करना हुंदा, बीबियां दा काम आ जिहड़ी आ ਇਹ ਚੀਜ਼ਾਂ ਬੀਬੀਆਂ ਦੇ ਉੱਤੋਂ ਇਹਨਾਂ ਨੂੰ ਕੱਟਣਾ ਹੁੰਦਾ, ਕੱਟ ਕੇ ਸਫਾਈ ਕਰਕੇ ਜਿਹੜੀਆਂ ਉਹਨਾਂ ਦੇ ਕੋਲ ਛੁਰੀਆਂ ਭਾਈ ਦੱਸਣ ਦੇ ਨੇ ਕਿ ਉਹਨਾਂ ਦੇ ਕੋਲ ਕੱਟਣ ਨੇ, ਉਹ ਲਾ ਕੇ ਸਫਾਈ ਕਰਕੇ ਸਾਈਡ ਤੇ ਢੇਰੀਆਂ ਲਾਈ ਜਾਣੀਆਂ, ਤੇ ਏ ਗ੍ਰੇਡ ਗਾਜਰ ਇੱਕ ਨੰਬਰ ਜਿਹੜੀ ਉਹ ਅਲੱਗ ਕਰ ਦੇਣੀ ਆ, ਜਿਹੜੀਆਂ ਜ਼ਰਾ ਮਾੜੀਆਂ ਗਾਜਰਾਂ ਨੇ ਉਹਨਾਂ ਨੂੰ ਅਲੱਗ ਕਰ ਦੇਣਾ। ਅੱਗੇ ਇਹ ਦੱਸੋ ਕਿ ਜਿਵੇਂ ਬੱਚਿਆਂ ਨੇ ਉਹ ਕੱਢੀਆਂ ਗਾਜਰਾਂ ਸਾਈਡ ਤੇ ਕੀਤੀਆਂ, ਇਹ ਢੇਰੀਆਂ ਲਾਤੀਆਂ ਤੁਸੀਂ, ਹੁਣ ਇਹ ਢੇਰੀਆਂ ਵੀ ਅਲੱਗ ਕਿਹਨਾਂ ਨੇ ਕਰਨਾ ਇਹਨਾਂ? ਹਾਂਜੀ, ਇਹ ਢੇਰੀਆਂ ਜਿਹੜੀਆਂ ਇਹ ਸਾਡੀਆਂ ਭੈਣਾਂ ਬੀਬੀਆਂ ਨੇ ਇਹ ਮਜ਼ਦੂਰੀ ਤੇ ਲੈ ਕੇ ਆਈ ਦੀਆਂ, ਇਹ ਅੱਗੋਂ ਇਹਨਾਂ ਦੇ ਦੋ ਗ੍ਰੇਡ ਜਿੱਦਾਂ ਭਾਈ ਹੁਣਾਂ ਪਟ ਸਾਹਿਬ ਹੁਣਾਂ ਦੱਸਿਆ ਏ ਗ੍ਰੇਡ ਤੇ ਬੀ ਗ੍ਰੇਡ, ਸਾਡੇ ਸਿੱਧੇ ਲਫ਼ਜ਼ਾਂ ਜੇ ਵੀ ਇੱਕ ਨੰਬਰ ਤੇ ਦੋ ਨੰਬਰ ਜਿੱਦਾਂ ਸੀ, ਜਿਹੜੀ ਜਿਹੜਾ ਗਾਜਰ ਮਾੜੀ ਆ ਉਹ ਸਾਈਡ ਤੇ ਉਹ ਸਾਈਡ ਤੇ ਕਰੀ ਜਾਣੀ ਹੈ, ਕੁਆਲਿਟੀ ਵਾਲੀ ਉਹ ਸਾਈਡ ਤੇ ਕਰ ਦੇਣੀ। ਇਹਨਾਂ ਨੇ ਬੜੀ ਜੀ ਇਹ ਮਿਹਨਤ ਕਰਦੀਆਂ ਨੇ ਤੇ ਇਹਨਾਂ ਦੀ ਮਿਹਨਤ ਦਾ ਕਰਕੇ ਹੀ ਇਹ ਅੱਛੀ ਤੇ ਦੂਸਰੀ ਜਿਹੜੀ ਉਹ ਗਾਜਰ। ਸਭ ਤੋਂ ਵੱਡੀ ਗੱਲ ਇਹ ਆ ਕਿ ਮੈਂ ਭਾਈ ਗਫਾਰ ਨੂੰ ਬੜਾ ਐਪਰੀਸ਼ੀਏਟ ਕਰਦਾ ਵਾਂ ਕਿ ਜਿਨ੍ਹਾਂ ਨੇ ਮਾਸ਼ਾਅੱਲਾ ਵੇਖੋ ਕਿੰਨੇ ਲੋਕ ਲੱਗੇ ਨੇ, ਕਿੰਨੇ ਮਜ਼ਦੂਰ ਨੇ, ਸਾਰੇ ਕਮਾ ਰਹੇ ਨੇ, ਸਾਰੇ ਕੁਛ ਨਾ ਕੁਛ ਰਿਜ਼ਕ ਆਪਣਾ ਲੈ ਕੇ ਜਾਂਦੇ ਨੇ, ਤੇ ਇਹਨਾਂ ਦੀ ਵਜ੍ਹਾ ਤੋਂ ਜਾ ਰਹੇ ਨੇ, ਤੇ ਮਾਸ਼ਾਅੱਲਾ ਇਹਨਾਂ ਦੀ ਬੜੀ ਹਿੰਮਤ ਆ ਔਰ ਅਸੀਂ ਇਹਨਾਂ ਨੂੰ ਬੜਾ ਦਾਦ ਦਿੰਦੇ ਹਾਂ ਕਿ ਮਤਲਬ ਐਡਾ ਜ਼ਬਰਦਸਤ ਇਹਨਾਂ ਨੇ ਨਿਜ਼ਾਮ ਚਲਾਇਆ, ਤੇ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਬੜੇ ਬਾਜ਼ ਦੇ ਤਰੀਕੇ ਨਾਲ ਇੱਥੇ ਬਹਿ ਕੇ ਆਪਣਾ ਰੋਜ਼ਗਾਰ ਵੀ ਕਮਾ ਰਹੀਆਂ ਨੇ,
ਤੇ ਆਪਣੇ ਵਾਸਤੇ ਸਬਜ਼ੀ ਵਗੈਰਾ ਵੀ ਲੈ ਜਾਂਦੀ ਹੈ ਔਰ ਬੜਾ ਸੋਹਣਾ ਔਰ ਜ਼ਬਰਦਸਤ ਨਿਜ਼ਾਮ ਚੱਲ ਰਿਹਾ ਇੱਥੇ। ਅੱਛਾ ਬੁਖਾਰ ਭਾਈ, ਜਿਨ੍ਹਾਂ ਦੀ ਸਫਾਈ ਵਗੈਰਾ ਹੋ ਗਈ ਹੈ, ਢੇਰੀਆਂ ਲਹਿਦਾ ਕਰ ਦਿੱਤੀਆਂ, ਤੇ ਹੁਣ ਇਹ ਬੋਰਿਆਂ 'ਚ ਪਾ ਕੇ ਕਿੱਥੇ ਖੜਨੀਆਂ ਤੁਸੀਂ? ਹਾਂਜੀ, ਇਹ ਬੋਰਿਆਂ 'ਚ ਅਸੀਂ ਪਾ ਕੇ ਨਾ ਥੱਲੇ ਪਾ ਕੇ ਤਾਂ ਅਸੀਂ ਫਿਰ ਉਹ ਸਟਾਕ ਬੋਰਡ ਉੱਥੇ ਅਸੀਂ ਮਸ਼ੀਨਾਂ ਆਪਣੀਆਂ ਲਾਈਆਂ ਜਿਹੜੀਆਂ ਜਿਹੜੀਆਂ ਤਲਾਈ ਕਰਦੀਆਂ, ਇਹ ਬੋਰਿਆਂ 'ਚ ਪਾ ਕੇ ਅਸੀਂ ਟਰੈਕਟਰ ਟਰਾਲੀ 'ਤੇ ਲੱਦ ਕੇ ਤੇ ਫਿਰ ਅਸੀਂ ਉੱਥੇ ਮਸ਼ੀਨ 'ਤੇ ਲੈ ਜਾਂਦੇ। ਉਮਰ ਭਾਈ, ਇਹਨਾਂ ਦਾ ਗੁਫਾਰ ਭਾਈ ਦੱਸਣ ਦੇ ਨੇ ਕਿ ਇਹ ਬੋਰੇ ਜਿਹੜੇ ਨਾ ਵੇਖੋ ਪਿੱਛੇ ਕਿੰਨੇ ਬੋਰੇ ਭਰੇ ਪਏ ਨੇ, ਇਹ ਸਾਰੇ ਬੋਰੇ ਭਰੇ ਇੱਥੋਂ ਲੈ ਜਾਣੇ ਆ ਤੇ ਫਿਰ ਨਹਿਰ ਦੇ ਕੱਢ ਕੇ ਇਹਨਾਂ ਨੇ ਮਸ਼ੀਨ ਲਾਈ ਉੱਥੇ ਸਫਾਈ ਵਾਲੀ। ਉਹ ਅਗਲਾ ਤੁਹਾਨੂੰ ਅੱਗੇ ਚੱਲਾਂਗੇ ਤੇ ਉਹ ਵੀ ਤੁਹਾਨੂੰ ਇਨਸ਼ਾਅੱਲਾ ਤਾਲਾ ਵਿਖਾਉਂਦੇ ਆ, ਇੱਥੇ ਲੋਡਿੰਗ ਕਰਕੇ ਤੇ ਲੈ ਜਾਣੀ ਆ ਨਹਿਰ ਦੇ ਉੱਤੇ, ਉੱਥੇ ਫਿਰ ਧੁਲਾਈ ਹੋਣੀ ਆ ਇਹਨਾਂ ਦੀ, ਜਦੋਂ ਧੁੱਲ ਜਾਣੀ ਆ ਵੇਖੋ ਮਾਸ਼ਾਅੱਲਾ ਗਾਜਰ ਸਾਡੇ ਇਲਾਕੇ ਦੀ ਬੜੀ ਜ਼ਬਰਦਸਤ ਗਾਜਰ ਆ, ਇਹ ਸਾਰੇ ਇਸਲਾਮਾਬਾਦ 'ਚ ਬਾਹਰ ਦੇ ਮੁਲਕਾਂ 'ਚ ਇੱਥੋਂ ਹੀ ਜਾ ਰਹੀ ਹੈ ਸਾਰੀ ਗਾਜਰ, ਅਤੇ ਸਾਡੀ ਜਿਹੜੀ ਬੈਲਟ ਹੈ ਨਾ ਨਨਕਾਣਾ ਅਤੇ ਸ਼ੇਖੂਪੁਰਾ, ਇਹ ਗਾਜਰ ਦੇ ਮਾਮਲੇ 'ਚ ਬਹੁਤ ਅੱਗੇ ਆ ਔਰ ਇੱਥੇ ਹੀ ਸਭ ਤੋਂ ਜ਼ਿਆਦਾ ਪੈਦਾਵਾਰ ਜਿਹੜੀ ਹੈ ਨਾ ਗਾਜਰ ਦੀ ਤਿਆਰ। ਦੋਸਤੋ, ਆਪਕੋ ਬੜੀ ਡਿਟੇਲ ਕੇ ਸਾਥ ਬੱਟੀ ਸਾਹਿਬ ਨੇ ਔਰ ਗਫਾਰ ਬਾਈ ਨੇ ਸਮਝਾਇਆ ਹੈ ਕਿ ਕਿਸ ਤਰ੍ਹਾਂ ਗਾਜਰ ਜੋ ਹੈ ਖੇਤ ਸੇ ਉਠਾਈ ਜਾਤੀ ਹੈ। ਪਹਿਲੇ ਉਸਕੋ ਟਰੈਕਟਰ ਕੇ ਸਾਥ ਆਪਕੋ ਦਿਖਾਇਆ ਕਿ ਵੋ ਜੋ ਹੈ ਟਰੈਕਟਰ ਚਲਾ ਕਰ ਉਸਕੋ ਨੀਚੇ ਸੇ ਨਿਕਾਲਾ ਜਾਤਾ ਹੈ, ਫਿਰ ਇਹ ਮਜ਼ਦੂਰ ਬਾਈ ਜੋ ਹੈ ਹਮਾਰੇ ਬਹੁਤ ਮਿਹਨਤ ਕਰਕੇ ਉਸਕੋ ਨਿਕਾਲਤੇ ਹੈ, ਬੀਚ ਮੇ ਸੇ ਨਿਕਾਲਨੇ ਕੇ ਬਾਅਦ ਜੋ ਹਮਾਰੀ ਸਿਸਟਰਸ ਹੈ ਵੋ ਆਪਕੋ ਪਤਾ ਹੈ ਕਿ ਕਿਸ ਤਰ੍ਹਾਂ ਥੋੜ੍ਹਾ ਸਾ ਵੋ ਵੀ ਮੈਨੇ ਦਿਖਾਣੇ ਦੀ ਕੋਸ਼ਿਸ਼ ਕੀ ਹੈ ਕਿ ਉਸਕੀ ਸਫਾਈ ਕਰਤੀ ਹੈ। ਸਫਾਈ ਕਰਨੇ ਕੇ ਬਾਅਦ ਫਿਰ ਇਹ ਬਾਈ ਜੋ ਹੈ ਇਹ ਉਸਕੋ ਅਲੱਦਾ ਅਲੱਦਾ ਇਹ ਜੋ ਬੈਗਸ ਬਣੇ ਹੋਏ ਹੈ ਜਾਂ ਬੋਰੇ ਜਿਸਕੋ ਬੋਲਤੇ ਹੈ ਪੰਜਾਬੀ ਮੇ, ਉਸਮੇ ਡਾਲ ਦਿੱਤੇ ਹੈ। ਉਸਮੇ ਡਾਲਨੇ ਕੇ ਬਾਅਦ ਜੋ ਹੈ ਫਿਰ ਆਗੇ ਕਾ ਪ੍ਰੋਸੈਸ ਕਿਆ ਹੈ ਵੋ ਵੀ ਆਪਕੇ ਸਾਥ ਦਿਖਾਤੇ, ਕਿਸ ਤਰ੍ਹਾਂ ਇਨਕੋ ਸਾਫ਼ ਕੀਆ ਜਾਤਾ ਹੈ, ਸਫਾਈ ਕੀ ਜਾਤੀ ਹੈ, ਤੋ ਵੋ ਵੀ ਆਗੇ ਕਾ ਪ੍ਰੋਸੈਸ ਆਪਕੋ ਦਿਖਾਤੇ।
तो दोस्तों गाजर किस तरह आप तक पहुंचती है खेतों से होके, ये मैंने आपको आज की इस वीडियो में सारा दिखा दिया है। भट्टी साहब हमारे साथ मौजूद थे, बड़ा मज़ा भी आया हमें आज की वीडियो बनाने का, और उम्मीद करता हूँ कि आपको आज का ये ब्लॉग जो है पसंद आया होगा। और ये आप देख सकते हैं कि जो पानी है ना, जो बोर करवाया हुआ होता है इन्होंने पाइप पर, और ये पानी ज़ाया भी नहीं होने देते। ये नहर होती है और नहर में पानी जो है, जिससे गाजरें साफ़ होती हैं, वो बिल्कुल साफ़ पानी होता है, ज़मीन से निकाला जा रहा होता है बोर के जरिए, तो साफ़ पानी से गाजरें साफ़ होती हैं। इसके बाद जो पानी है उसको ज़ाया नहीं किया जाता, ये छोटी सी नहर है इसमें गिरा दिया जाता है। अभी नहर बंद है, पीछे से जनवरी के महीने में बंद होती है, तो जब नहर आएगी तो उसके साथ ये पानी शामिल होकर खेतों में दोबारा चला जाएगा। तो इस तरह ये पानी भी ज़ाया नहीं होता और गाजर की सफाई भी अच्छे पानी साफ़ पानी से हो जाती है। तो दोस्तों ये थी मेरी आज की वीडियो, मिलेंगे नेक्स्ट वीडियो में। वीडियो को लाइक और शेयर ज़रूर कीजिएगा। तब तक इजाज़त दीजिए, अल्लाह हाफ़िज़।